ਹਾਂਜੀ ਸਟੂਡੈਂਟਸ ਵੈਲਕਮ ਬੈਕ ਟੂ आवर ਚੈਨਲ ਟੂ ਸਟਡੀ ਕਲਾਸਿਸ ਅੱਜ ਦੀਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ 8th ਕਲਾਸ ਦਾ ਜੋ ਫਸਟ ਟਰਮ ਦਾ ਸਾਇੰਸ ਦਾ ਐਗਜ਼ਾਮ ਹੋਇਆ ਅੱਜ ਉਸ ਦੀ ਅਨਸਰ ਕੀ ਹੈ ਇਹ ਪਲੀਜ਼ ਚੈਟ ਠੀਕ ਹੈ ਕਿ ਜਿਹੜੇ ਤੁਹਾਡੇ ਕੁਐਸਚਨ ਕਿਹੜੇ ਗਏ ਨੇ ਠੀਕ ਤੇ ਕਿਹੜੇ ਰੋਂਗ ਨੇ ਇਫ ਜੇ ਕੋਈ ਰੋਂਗ ਗਿਆ ਤਾਂ ਉਸ ਦਾ ਅਲਟਰ ਰਾਈਟ ਅਨਸਰ ਆ ਉਹ ਕੀ ਸੀ ਕੁਐਸਚਨ ਇੱਥੇ ਆਪਣਾ ਫਸਟ ਹੈਗਾ ਸੀ ਵਿਗਿਆਨ ਖਰੀਫ ਫਸਲਾਂ ਕਿਸ ਰੁੱਤ ਵਿੱਚ ਉਗਾਈਆਂ ਜਾਂਦੀਆਂ ਨੇ 41st ਕੁਐਸਚਨ ਸੀ ਆਪਣਾ ਖਰੀਫ ਫਸਲਾਂ ਕਿਸ ਰੁੱਤ ਵਿੱਚ ਉਗਾਈਆਂ ਜਾਂਦੀਆਂ ਨੇ ਵਰਖਾ ਰੁੱਤ ਸੀ ਇਸ ਦਾ ਰਾਈਟ ਆਨਸਰ ਸੋ ਇਸ ਦਾ ਜਿਹੜਾ ਰਾਈਟ ਆਨਸਰ ਆਣਾ ਸੀ ਉਹ ਆਣਾ ਸੀ ਏ ਆਪਸ਼ਨ 42nd ਇਜ਼ ਫਸਲਾਂ ਵਿੱਚੋਂ ਨਦੀਨਾਂ ਦੀ ਰੋਕத் ਥਾਮ ਕਰਨ ਲਈ ਕਿਹੜਾ ਨਦੀਨ ਨਾਸ਼ਕ ਵਰਤਦੇ ਹਨ ਫਸਲਾਂ ਦੀ ਰੋਕத் ਥਾਮ ਲਈ ਫਸਲਾਂ ਵਿੱਚੋਂ ਨਦੀਨਾਂ ਦੀ ਰੋਕத் ਥਾਮ ਕਰਨ ਲਈ ਕਿਹੜਾ ਨਦੀਨ ਨਾਸ਼ਕ ਵਰਤਿਆ ਜਾਂਦਾ 24D ਇਸ ਦਾ ਰਾਈਟ ਆਨਸਰ ਜਿਹੜਾ ਹੈਗਾ ਸੀ ਉਹ ਵੀ ਏ ਆਪਸ਼ਨ ਸੀ 24D ਨੈਕਸਟ ਕੁਐਸਚਨ ਇਜ਼ ਹੇਠ ਲਿਖਿਆਂ ਵਿੱਚੋਂ ਕਿਹੜੇ ਸੂਖਮ ਜੀਵ ਸਿਰਫ ਸੂਖਮ ਦਰਸ਼ੀ ਦੀ ਸਹਾਇਤਾ ਨਾਲ ਦੇਖੇ ਜਾਂਦੇ ਹਨ ਕਿਹੜੇ ਸੂਖਮ ਜੀਵ ਨੇ ਜਿਹੜੇ ਸਿਰਫ ਸੂਖਮ ਦਰਸ਼ੀ ਦੀ ਸਹਾਇਤਾ ਨਾਲ ਦੇਖੇ ਜਾਂਦੇ ਨੇ ਜੀਵਾਨੂ 43 ਦਾ ਜਿਹੜਾ ਰਾਈਟ ਆਨਸਰ ਸੀ ਹੋ ਸੀ ਬੀ ਆਪਸ਼ਨ ਜੀਵਾਨੂ 44th ਇਜ਼ ਸਿੰਚਾਈ ਦਾ ਆਧੁਨਿਕ ਟੰਕ ਕਿਹੜਾ ਹੈ? ਆਧੁਨਿਕ ਟੰਕ ਕਿਹੜਾ ਹੈ? ਚੇਨ ਪੰਪ ਬੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਚੇਨ ਪੰਪ 45th ਇਜ਼ ਸ਼ੂਤਾਂ ਦੇ ਰੋਗਾਂ ਸ਼ੂਤ ਦੇ ਰੋਗਾਂ ਦਾ ਆਮ ਵਾਹਕ ਹੈ ਸ਼ੂਤ ਦੇ ਰੋਗਾਂ ਦਾ ਜਿਹੜਾ ਆਮ ਵਾਹਕ ਹੈ ਉਹ ਕੀ ਹੈ ਕਰੇਲੂ ਮੱਖੀ ਸੋ ਇਸ ਦਾ ਰਾਈਟ ਆਨਸਰ ਆਣਾ ਸੀ ਬੀ ਆਪਸ਼ਨ ਕਰੇਲੂ ਮੱਖੀ ਨੈਕਸਟ ਇਜ਼ ਖੰਡ ਦੇ ਐਲਕੋਹਲ ਵਿੱਚ ਬਦਲਨ ਦੀ ਕਿਰਿਆ ਨੂੰ ਕਹਿੰਦੇ ਹਨ ਉਸ ਖੰਡ ਦੇ ਐਲਕੋਹਲ ਵਿੱਚ ਬਦਲਨ ਦੀ ਜਿਹੜੀ ਪ੍ਰਕਿਰਿਆ ਉਸਨੂੰ ਕਿਰਿਆ ਨੂੰ ਕੀ ਕਹਿੰਦੇ ਨੇ ਖਮੀਰਣ ਕਿਰਿਆ ਸੋ ਰਾਈਟ ਆਨਸਰ ਇਸ ਦਾ ਹੈਗਾ ਸੀ ਸੀ ਆਪਸ਼ਨ ਖਮੀਰਣ ਕਿਰਿਆ ਨੈਕਸਟ ਇਜ਼ ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਤੀਜੈਵਿਕ ਦਵਾਈ ਹੈ ਪ੍ਰਤੀਜੈਵਿਕ ਦਵਾਈ ਤੇ ਚੁਸ ਕਰਨਾ ਸੀ ਆਪਣੇ অপਸ਼ਨਸ ਵਿੱਚੋਂ 47 ਦਾ ਜਿਹੜਾ ਰਾਈਟ ਆਨਸਰ ਸੀ ਉਹ ਹੈਗਾ ਸੀ ਬੀ ਆਪਸ਼ਨ ਸਟ੍ਰੈਪਟੋਮੋਨ ਟੋਮਾਈਸਿਨ ਸਟ੍ਰੈਪਟੋਮਾਈਸਿਨ ਜਿਹੜਾ ਇਹਦਾ ਰਾਈਟ ਆਨਸਰ ਸੀ ਨੈਕਸਟ ਇਜ਼ 48 ਸੋਡੀਅਮ ਧਾਤ ਨੂੰ ਰੱਖਿਆ ਜਾਂਦਾ ਸੋਡੀਅਮ ਧਾਤ ਨੂੰ ਕਿੱਥੇ ਰੱਖਿਆ ਜਾਂਦਾ ਮਿੱਟੀ ਦੇ ਤੇਲ ਵਿੱਚ ਸੋ ਇਸ ਦਾ ਜਿਹੜਾ ਰਾਈਟ ਆਨਸਰ ਸੀ ਉਹ ਹੈਗਾ ਸੀ ਬੀ ਆਪਸ਼ਨ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਉਸ ਨੂੰ 49th ਇਸ ਹੇਰ ਦਿੱਤਿਆਂ ਵਿੱਚੋਂ ਕਿਹੜੀ ਉਤਾਤ ਹੈ ਜੇ ਤੁਹਾਨੂੰ ਪਤਾ ਹੋਊਗਾ ਕਿ ਤਾਤਾਂ ਕਿਹੜੀਆਂ ਹੁੰਦੀਆਂ ਨੇ ਤਾਤਾਂ ਕਿਹੜੇ ਹੁੰਦੇ ਨੇ ਤਾਂ ਤੁਸੀਂ ਚੂਜ਼ ਕਰ ਸਕਦੇ ਸੀ ਇਸ ਦਾ ਰਾਈਟ ਆਨਸਰ ਬੜੀ ਜਦਾ ਰਾਈਟ ਆਨਸਰ ਸੀ ਜਿਹੜਾ ਹੈ ਉਹ ਹੈਗਾ ਸੀ ਬੀ ਆਪਸ਼ਨ ਕਾਰਬਨ ਕਾਰਬਨ ਹੈ ਜਿਹੜਾ ਹੋ ਇੱਕ ਉਤਾਤ ਹੈ ਨੈਕਸਟ ਕੁਐਸਚਨ ਸੀ ਤਰਲ ਵਸਤਾ ਵਿੱਚ ਪਾਈ ਜਾਣ ਵਾਲੀ ਤਾਤ ਹੈ ਤਰਲ ਵਸਤਾ ਵਿਚ ਜਿਹੜੀ ਕਿਹੜੀ ਧਾਤ ਪਾਈ ਜਾਂਦੀ ਹੈ ਮਰਕਰੀ ਸੋ ਜਿਹੜਾ ਇਸ ਦਾ ਰਾਈਟ ਆਨਸਰ ਸੀ ਉਹ ਹੈਗਾ ਸੀ ਸੀ ਆਪਸ਼ਨ ਮਰਕਰੀ 51 ਇਸ ਧਾਤਾਂ ਦੀ ਤੇਜਾਬਾਂ ਨਾਲ ਕਿਰਿਆ ਹੋਣ ਤੇ ਕਿਹੜੀ ਗੈਸ ਪੈਦਾ ਹੁੰਦੀ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਸੀ ਉਹ ਹੈਗਾ ਸੀ ਬੀ ਆਪਸ਼ਨ ਹਾਈਡਰੋਜਨ ਧਾਤਾਂ ਦੀ ਤੇਜਾਬਾਂ ਨਾਲ ਕਿਰਿਆ ਹੋਣ ਤੇ ਕਿਹੜੀ ਗੈਸ ਪੈਦਾ ਹੁੰਦੀ ਹੈ ਹਾਈਡਰੋਜਨ ਨੈਕਸਟ ਕੁਐਸਚਨ ਇਸ 52 ਕਿਹੜੀ ਗੈਸ ਜਨਨ ਲਈ ਸਹਾਇਕ ਹੁੰਦੀ ਹੈ ਜਿਹੜੀ ਗੈਸ ਆਕਸੀਜਨ ਗੈਸ ਸੋ ਰਾਈਟ ਅਨਸਰ ਇਸ ਦਾ ਆਣਾ ਸੀ ਏ ਆਪਸ਼ਨ ਆਕਸੀਜਨ ਗੈਸ ਨੈਕਸਟ ਇਜ਼ ਹੇਠ ਲਿਖਿਆਂ ਵਿੱਚੋਂ ਕਿਹੜਾ ਜਲਨਸ਼ੀਲ ਪਦਾਰਥ ਹੈ ਨੀਚੇ ਦਿੱਤੀਆਂ ਲੋਹੇ ਦੀਆਂ ਕਿੱਲਾਂ ਗਲਾਸ ਪੱਥਰ ਦੇ ਟੁਕੜੀ ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਜਲਨਸ਼ੀਲ ਹੈ ਇਸ ਦਾ ਰਾਈਟ ਅਨਸਰ ਆਣਾ ਸੀ ਸੀ ਆਪਸ਼ਨ ਪੇਪਰ ਮੀਨਸ ਕਾਗਜ਼ ਹੈ ਜਿਹੜਾ ਕੋਈ ਉਹੀ ਜਲੇਗਾ ਲੋਹੇ ਦੀਆਂ ਕਿੱਲਾਂ ਜਾਂ ਕੱਚ ਦਾ ਗਲਾਸ ਤਾਂ ਜਲੇਗਾ ਨਹੀਂ ਸੋ ਰਾਈਟ ਜਿਹੜਾ ਅਨਸਰ ਸੀ ਇਸ ਦਾ ਹੈਗਾ ਸੀ ਸੀ ਆਪਸ਼ਨ 54th ਇਸ ਜਲਨ ਲਈ ਜ਼ਰੂਰੀ ਸ਼ਰਤਾਂ ਹਨ ਜਲਨ ਲਈ ਜਿਹੜੀਆਂ ਜ਼ਰੂਰੀ ਸ਼ਰਤਾਂ ਕੀ ਨੇ ਬਾਲਣ ਹਵਾ ਤੇ ਜਲਨ ਤਾਪ ਵੀ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਬਾਲਣ ਹਵਾ ਤੇ ਜਲਨ ਤਾਪ 55th ਇਸ ਬਿਜਲੀ ਉਪਕਰਨਾਂ ਤੇ ਬਿਜਲੀ ਤਾਰਾਂ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਕਿਸ ਤਰ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਹੁਣ ਇਹਨਾਂ ਵਿੱਚੋਂ ਜਿਹੜੇ 4 ਆਪਸ਼ਨ ਦਿੱਤੇ ਆ ਨੇ ਉਹਨਾਂ ਵਿੱਚੋਂ ਬਿਜਲੀ ਦੇ ਤਾਰਾਂ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਕਿਸ ਚੀਜ਼ ਦੀ ਵਰਤੋਂ ਜਿਹੜੀ ਆਪਾਂ ਨਹੀਂ ਕਰਾਂਗੇ ਤੱਲੜਾ ਇਸ ਦਾ ਰਾਈਟ ਆਨਸਰ ਹੀ ਹੋਏਗਾ ਸੀ ਬੀ ਆਪਸ਼ਨ ਪਾਣੀ ਬਿਕੋਜ਼ ਕ੍ਰਾਂਟੋਲੀਅਨ ਤਰਨ ਤੇ ਪਾਣੀ ਥੋੜੀ ਨਾ ਪਾਇਆ ਜਾਂਦਾ ਤਾਂ ਕਰਕੇ ਇਸ ਦਾ ਰਾਈਟ ਆਨਸਰ ਆਣਾ ਸੀ ਬੀ ਆਪਸ਼ਨ ਪਾਣੀ ਨੈਕਸਟ ਇਜ਼ 56 ਕਿਹੜੀ ਕਿਤਾਬ ਵਿੱਚ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਸੀ ਹੋਏਗਾ ਸੀ ਬੀ ਆਪਸ਼ਨ ਲਾਲ ਅੰਕੜਾ ਕਿਤਾਬ ਲਾਲ ਅੰਕੜਾ ਕਿਤਾਬ ਵਿੱਚ ਰੱਖਿਆ ਜਾਂਦਾ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਮੂਵ ਟੂ ਨੈਕਸਟ ਕੁਐਸਚਨ ਕਿਹੜੀ ਗੈਸ ਦੀ ਮਾਤਰਾ ਵਧਣ ਨਾਲ ਵਿਸ਼ਵ ਦੇ ਤਾਪਮਾਨ ਵਿੱਚ ਵਾਧਾ ਗਲੋਬਲ ਵਾਰਮਿੰਗ ਹੁੰਦੀ ਹੈ ਗਲੋਬਲ ਵਾਰਮਿੰਗ ਕਿਸ ਗੈਸ ਦੇ ਵਧਣ ਨਾਲ ਹੁੰਦੀ ਹੈ ਇਸ ਦਾ ਰਾਈਟ ਆਨਸਰ ਹੈ ਕਾਰਬਨ ਡਾਈਆਕਸਾਈਡ ਸੋ ਰਾਈਟ ਆਨਸਰ ਇਜ਼ ਦਾ ਹੈਗਾ ਸੀ ਏ অপਸ਼ਨ ਕਾਰਬਨ ਡਾਈਆਕਸਾਈਡ 58 ਉਹ ਪਰਜਾਤੀਆਂ ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਹੀ ਪਾਈਆਂ ਜਾਂਦੀਆਂ ਹਨ ਨੂੰ ਕੀ ਕਹਿੰਦੇ ਨੇ ਜਿਹੜੇ ਕਿਸੇ ਵਿਸ਼ੇਸ਼ ਖੇਤਰ ਵਿੱਚ ਹੀ ਪਾਈ ਜਾਂਦੇ ਨੇ ਉਹਨਾਂ ਪਰਜਾਤੀਆਂ ਨੂੰ ਕੀ ਕਿਹਾ ਜਾਂਦਾ ਖਾਸ ਸਥਾਨਕ ਪਰਜਾਤੀਆਂ ਨਾਂ ਪਹਿਲੇ ਕਿਹੜੇ ਹੱਕੀ ਵਿਸ਼ੇਸ਼ ਖੇਤਰ ਵਿੱਚ ਵਿਸ਼ੇਸ਼ ਮੀਨਸ ਖਾਸਤਾ ਜਿਹੜਾ ਇਸ ਦਾ ਆਪਸ਼ਨ ਆਪਣਾ ਰਾਈਟ ਅਨਸਰ ਖਾਸ ਥਾਨਕ ਪਰ ਜਾਂਦੀਆਂ ਇਹ ਆਪਸ਼ਨ ਸੀ ਇਸ ਦਾ ਰਾਈਟ ਅਨਸਰ ਨੈਕਸਟ ਇਜ਼ ਹਿੱਟਾਂ ਵਿੱਚੋਂ ਕਿਹੜਾ ਸੈੱਲ ਅੰਕ ਕੇਵਲ ਪੌਦਿਆਂ ਵਿੱਚ ਹੀ ਪਾਇਆ ਜਾਂਦਾ ਸਿਰਫ ਪੌਦਿਆਂ ਵਿੱਚ ਕਿਹੜਾ ਸੈੱਲ ਲੰਗ ਪਾਇਆ ਜਾਂਦਾ ਕਲੋਰੋਪਲਾਸ ਸਟ੍ਰਾਈਕੰਸਰੀਜ਼ ਬੀ ਆਪਸ਼ਨ ਇਸ ਦਾ ਜਿਹੜਾ ਰਾਈਟ ਅਨਸਰ ਆਣਾ ਸੀ ਬੀ ਆਪਸ਼ਨ ਕਲੋਰੋਪਲਾਸਟ 68 ਸੈੱਲ ਦੀ ਖੋਜ ਕੀਤੀ ਕਿਸ ਨੇ ਜਿਹੜੀ ਸੈੱਲ ਦੀ ਖੋਜ ਕੀਤੀ ਸੀ ਰਾਬਰਟ ਹੁੱਕ ਨੇ ਸੋ ਜਿਹੜਾ ਇਸ ਦਾ ਰਾਈਟ ਆਨਸਰ ਹੋਏਗਾ ਸੀ ਆਪਣੇ ਕੋਲ ਏ ਆਪਸ਼ਨ ਤੇ ਕਿ ਜਿਹੜੀ ਸੈੱਲ ਦੀ ਖੋਜ ਆ ਉਹ ਰਾਬਰਟ ਹੁੱਕ ਨੇ ਕੀਤੀ ਸੀ 61st ਕੁਐਸਚਨ ਆ ਆਪਣਾ ਸੈੱਲ ਦੇ ਕੇਂਦਰਕ ਵਿੱਚ ਧਾਗੇ ਵਰਗੀਆਂ ਰਚਨਾਵਾਂ ਨੂੰ ਕੀ ਕਹਿੰਦੇ ਨੇ ਸੈੱਲ ਦੇ ਕੇਂਦਰਕ ਵਿੱਚ ਜਿਹੜੇ ਧਾਗੇ ਧਾਗੇ ਵਰਗੀਆਂ ਰਚਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਕਰੋਮੋਸੋਮ ਸੋ ਰਾਈਟ ਆਨਸਰ ਇਸ ਦਾ ਹੋਏਗਾ ਸੀ ਸੀ ਆਪਸ਼ਨ ਕਰੋਮੋਸੋਮ ਨੈਕਸਟ ਕੁਐਸਚਨ ਇਜ਼ ਹਿਊਮਨ ਰਿਚ ਪਾਈ ਜਾਣ ਵਾਲੇ ਕੇਂਦਰਾਗੰਦੀ ਸਖਿਆ ਕਿੰਨੀ ਹੁੰਦੀ ਹੈ ਕਿੰਨੀ ਸਖਿਆ ਹੁੰਦੀ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਸੀ ਉਹ ਹੈਗਾ ਸੀ ਸੀ ਆਪਸ਼ਨ 2 2 63rd ਇਸ ਇੱਕ ਟੈਡਪੋਲ ਜਿਸ ਪ੍ਰਕਿਰਿਆ ਦੁਆਰਾ ਪ੍ਰੋਅ ਵਿੱਚ ਵਿਕਸਿਤ ਹੁੰਦਾ ਹੈ ਉਹ ਹੈ ਕਿਹੜੀ ਕਿਰਿਆ ਹੁੰਦੀ ਹੈ ਉਹ ਤਾਂ ਹੁਣ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਨਾ ਸੀ ਬੀ ਆਪਸ਼ਨ ਕਾਇਆ ਪਰਿਵਰਤਨ 63rd ਦਾ ਜਿਹੜਾ ਰਾਈਟ ਆਨਸਰ ਸੀ ਬੀ ਆਪਸ਼ਨ ਸੀ ਕਾਇਆ ਪਰਿਵਰਤਨ 64th ਇਸ ਅੰਬੀ ਬਾਪ ਨੇ ਆਪ ਨੂੰ ਦੋ ਭਾਗਾਂ ਵਿੱਚ ਵੰਡ ਕੇ ਸੰਤਾਨ ਪੈਦਾ ਕਰਦਾ ਹੈ ਇਸ ਪ੍ਰਕਾਰ ਦੇ ਅਲਿੰਗੀ ਪ੍ਰਜਨਨ ਕੀ ਕਹਿੰਦੇ ਹਨ ਕੀ ਕਹਿੰਦੇ ਹਨ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਸੀ ਪੀ ਆਪਸ਼ਨ ਬਾਈਨਰੀ ਦੋਖੰਡਨ ਉਸ ਨੂੰ ਕੀ ਕਿਹਾ ਜਾਂਦਾ ਬਾਈਨਰੀ ਦੋਖੰਡਨ ਨੈਕਸਟ ਕੁਐਸਚਨ ਸੀ 65 ਕਿਸੇ ਬਰਤਨ ਦੇ ਤਲੇ ਤੇ ਪਾਣੀ ਦੁਆਰਾ ਲਾਇਆ ਜਾਣ ਵਾਲਾ ਦਾਪ ਨਿਰਭਰ ਕਰਦਾ ਹੈ ਕਿਸ ਚੀਜ਼ ਤੇ ਨਿਰਭਰ ਕਰਦਾ ਕਲਮ ਦੀ ਉਚਾਈ ਤੇ ਸੋ ਰਾਈਟ ਆਨਸਰ ਇਸ ਦਾ ਹੈਗਾ ਸੀ ਏ ਆਪਸ਼ਨ ਕਾਲਮ ਦੀ ਉਚਾਈ ਉੱਤੇ ਨਿਰਭਰ ਕਰਦਾ ਹੈ 66 ਰੇਲਵੇ ਸਟੇਸ਼ਨ ਤੇ ਕੁਲੀ ਜਦੋਂ ਭਾਰ ਸਮਾਨ ਚੁੱਕਦੇ ਹਨ ਤਾਂ ਉਹ ਆਪਣੇ ਸਿਰ ਉੱਤੇ ਕੱਪੜੇ ਦਾ ਗੋਲ ਲਪੇਟ ਰੱਖਦੇ ਹਨ ਤਾਂ ਜੋ ਕਿਉਂ ਰੱਖਦੇ ਨੇ ਤਾਂ ਜੋ ਜਿਹੜੇ ਦਾਵਾ ਉਹ ਘਟ ਜਾਵੇ ਸੋ ਰਾਈਟ ਅਨਸਰ ਇਸ ਦੇ ਵਿੱਚ ਹੈਗਾ ਸੀ ਆਪਣਾ ਡੀ ਆਪਸ਼ਨ ਤਾਂ ਜੋ ਦਾਬ ਘਟ ਜਾਵੇ ਨੈਕਸਟ ਇਜ਼ ਬਲ ਹੁੰਦਾ ਹੈ ਬਲ ਕੀ ਹੁੰਦਾ ਹੈ ਵਸਤੂ ਤੇ ਲੱਗਾ ਤਕਾ ਜਾਂ ਖਿਚਾ ਸੋ ਰਾਈਟ ਆਨਸਰ ਸੀ ਇਸ ਦਾ ਸੀ ਆਪਸ਼ਨ ਬਲਕਿ ਹੁੰਦਾ ਹੈ ਵਸਤੂ ਤੇ ਲੱਗਾ ਤੱਕਾ ਜਾਂ ਖਿਚਾ ਹੁੰਦਾ ਹੈ ਨੈਕਸਟ ਇਜ਼ ਊਂਟ ਆਸਾਨੀ ਨਾਲ ਰੇਤ ਤੇ ਨੰਗੇ ਪੈਰ ਚੱਲ ਸਕਦਾ ਹੈ ਜਦੋਂ ਕਿ ਅਸੀਂ ਨਹੀਂ ਚੱਲ ਸਕਦੇ ਕਿਉਂਕਿ ਬਿਕੋਜ਼ ਜਿਹੜੇ ਊਂਟ ਦੇ ਪੈਰਾਂ ਦਾ ਖੇਤਰਫਲ ਹੈ ਉਹ ਜ਼ਿਆਦਾ ਹੁੰਦਾ ਸੋ ਰਾਈਟ ਆਨਸਰ ਕੀ ਸੀ ਏ ਆਪਸ਼ਨ ਸੀ ਊਂਟ ਦੇ ਪੈਰਾਂ ਦਾ ਖੇਤਰਫਲ ਜ਼ਿਆਦਾ ਹੁੰਦਾ ਹੈ 69th ਗਿੱਲੇ ਫਰਸ਼ ਤੇ ਚੱਲਣਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਗਿੱਲੇ ਫਰਸ਼ ਤੇ ਜਿਹੜਾ ਚੱਲਣਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਰਗੜ ਬਲ ਘਟਣ ਕਾਰਨ ਸੋ ਰਾਈਟ ਆਂਸਰ 69th ਆ ਜਿਹੜਾ ਹੈਗਾ ਸੀ ਉਹ ਹੈਗਾ ਸੀ ਬੀ ਆਪਸ਼ਨ ਰਗੜ ਬਲ ਘਟਣ ਕਾਰਨ ਨੈਕਸਟੇ ਕੁਐਸਚਨ ਆਪਣਾ ਵੇਲਨੀ ਰਗੜ ਹੁੰਦੀ ਹੈ ਕਿਹੜੇ ਰਗੜ ਹੁੰਦੀ ਹੈ ਸਥਿਤਿਕ ਰਗੜ ਤੋਂ ਘੱਟ ਵੇਲਨੀ ਰਗੜ ਜਿਹੜੀ ਹੁੰਦੀ ਹੈ ਉਹ ਸਥਿਤਿਕ ਰਗੜ ਤੋਂ ਘੱਟ ਹੁੰਦੀ ਹੈ ਸੋ ਇਸ ਦਾ ਰਾਈਟ ਆਂਸਰ ਹੈਗਾ ਸੀ ਸੀ ਆਪਸ਼ਨ 71st is ਚਾਰ ਬੱਚਿਆਂ ਨੂੰ ਵੇਲਨੀ ਰਗੜ ਸਥਿਤੀਕ ਰਗੜ ਅਤੇ ਸਰਕਣਸ਼ੀਲ ਰਗੜ ਦੇ ਕਾਰਨ ਬਲਾਂ ਨੂੰ ਘੰਟ ਦੇ ਰੂਪ ਵਿੱਚ ਵਿਵਸਥਿਤ ਕਰਨ ਲਈ ਕਿਹਾ ਗਿਆ ਸਹੀ ਵਿਵਸਥਾ ਚੁਣੋ ਸਹੀ ਇਹਨਾਂ ਦੀ ਦੱਸਣੇ ਸੀ ਕਿ ਕਿ ਸਿਕੁਐਂਸ ਚਾਣਗੇ ਇਹ ਇਸ ਦੇ ਵਿੱਚ ਜਿਹੜਾ ਆਪਣਾ ਰਾਈਟ ਆਨਸਰ ਸੀ ਉਹ ਹੈਗਾ ਸੀ ਸੀ ਆਪਸ਼ਨ ਸਥਿਤੀਕ ਸਰਕਣਸ਼ੀਲ ਤੇ ਫਿਰ ਵੇਲਨੀ ਇਸ ਸਿਕੁਐਂਸ ਤੇ ਆਣੀ ਸੀ ਸਥਿਤੀਕ ਪਹਿਲਾਂ ਫਿਰ ਸੈਕੰਡ ਸਰਕਣਸ਼ੀਲ ਤੇ ਥਰਡ ਵੇਲਨੀ ਆਣਾ ਸੀ 72c ਲੁੜਕਦੀ ਹੋਈ ਗੇਂਦ ਕੁਝ ਸਮੇਂ ਬਾਅਦ ਰੁਕ ਜਾਂਦੀ ਹੈ ਕਿਉਂਕਿ ਕਿਉਂ ਰੁਕ ਜਾਂਦੀ ਹੈ ਰਗੜ ਬਲ ਕਾਰਨ ਬਿਕੋਜ਼ ਆਫ ਰਗੜ ਬਲ ਤਾਂ ਜਿਹੜਾ 72 ਦਾ ਰਾਈਟ ਆਨਸਰ ਸੀ ਉਹ ਹੈਗਾ ਸੀ ਸੀ ਆਪਸ਼ਨ 73 ਜੇਕਰ ਆਪਤਨ ਕੋਣ 45 ਡਿਗਰੀ ਦਾ ਹੈ ਤਾਂ ਪਰਵਰਤਨ ਕੋਣ ਹੋਵੇਗਾ ਪਰਵਰਤਨ ਕੋਣ ਕਿੰਨਾ ਹੋਵੇਗਾ 45 ਡਿਗਰੀ ਦਾ ਸੋ ਜਿਹੜਾ ਇਸ ਦਾ ਰਾਈਟ ਆਨਸਰ ਸੀ ਉਹ ਵੀ ਆਪਣੇ ਕੋਲ ਹੈਗਾ ਸੀ ਡੀ ਆਪਸ਼ਨ 45 ਡਿਗਰੀ ਦਾ ਨੈਕਸਟ ਇਜ਼ ਜਦੋਂ ਦੋ সমতল দর্পণਾਂ ਵਿਚਕਾਰਲਾ কোণ 60° ਦਾ ਹੋਵੇ ਤਾਂប៉ុਨੇ প্রতিবিম্বਾਂ ਦੀ ਗਿਣਤੀ ਕਿੰਨੀ ਹੋਵੇਗੀ? ਕਿੰਨੀ ਹੋਵੇਗੀ? 5 ਪ੍ਰਤੀਬਿੰ। ਤਾਂ ਜਿਹੜਾ ਇਸ ਦਾ ਰਾਈਟ ਆਨਸਰ ਸੀ ਉਹ ਹੈਗਾ ਸੀ ਆਪਣੇ ਕੋਲ B ਆਪਸ਼ਨ 74th ਦਾ 5 ਪ੍ਰਤੀਬਿੰ। 75th সমতল দর্পণ ਦੁਆਰਾ ਬਣਾਇਆ প্রতিবিম্ব ਹੁੰਦਾ ਹੈ। ਲਾਸਟ ਕੁਐਸਚਨ ਸੀ ਤੁਹਾਡਾ ਕਿ সমতল দর্পণ ਦੁਆਰਾ ਬਣਾਇਆ প্রতিবিম্ব ਹੁੰਦਾ ਹੈ? ਅਭਾਸੀ। ਸੋ ਜਿਹੜਾ ਇਸ ਦਾ ਰਾਈਟ ਆਨਸਰ ਸੀ ਉਹ ਹੈਗਾ ਸੀ B ਆਪਸ਼ਨ 75 ਆਬਾਸੀ ਹੁੰਦਾ ਹੈ। ਥੈਂਕ ਯੂ ਸਟੂਡੈਂਟਸ ਫਾਰ ਵਾਚਿੰਗ ਵੀਡੀਓ ਪਲੀਜ਼ ਲਾਈਕ ਐਂਡ ਸ਼ੇਅਰ ਵੀਡੀਓ।